ਵਿਦੇ ਦਾ ਨਗਾ ਹਿੰਮਤ ਸੰਦੂ ਹੋ ਗਿਆ ਆਪਣੇ ਖਲੀ ਸਾਹਿਬ ਹੋ ਗਏ ਇਹਨਾਂ ਤੱਕ ਮੇਰੇ ਕੋ ਵੀਡੀਓ ਹੈਗੀ ਅੱਛਾ ਖਲੀ ਨੂੰ ਵੀ ਲੋਡ ਪੈਂਦੀ ਹੈ ਸਿਕਿਉਰਟੀ ਦੀ ਸਰ ਬੌਂਸਰ ਜਿੱਦੂ ਜਾਂਦੇ ਨੂੰ ਮੈਂ ਕਹਿੰਦੀ ਬੰਦਾਬ ਹੀ ਬਹੁਤ ਲੱਗਣਾ ਇੱਕ ਤੋਂ ਲੈ ਕੇ ਅਸੀਂ 5000 ਤੱਕ ਬੰਦਾ ਅਸੀਂ ਪ੍ਰੋਵਾਈਡ ਕਰ ਸਕਦੇ ਹਾਂ ਮਤਲਬ ਇੰਨੀ ਤੁਹਾਡੇ ਕੋ ਮੈਨ ਪਾਵਰ ਹੈਗੀ ਆ ਹਾਂ ਸਿਕਿਉਰਟੀ ਬੌਂਸਰ ਆ ਜਾਂ ਲੇਡੀਜ਼ ਗਾਰਡ ਆ ਹਾਂ ਅਸੀਂ ਪ੍ਰੋਵਾਈਡ ਕਰਦੇ ਹਾਂ ਚੰਗੇ ਲੈਵਲ ਤੇ ਜੇ ਤਾਂ ਕੋਈ ਇਵੈਂਟਸ ਵਗੈਰਾ ਆਉਂਦੇ ਆ ਪਰ ਕੋਈ ਕਿਸੇ ਨੂੰ ਚਾਹੀਦੇ ਆ ਅਸੀਂ ਪਰਮਾਨੈਂਟ ਇਵੈਂਟ ਤੇ ਰੈਗੂਲਰ ਵੱਡੇ ਵੱਡੇ ਇੰਡਸਟਰੀ ਦੇ ਵਿੱਚ ਸਿਕਿਉਰਿਟੀ ਪ੍ਰੋਵਾਈਡ ਕਰਦੇ ਜਿਹੜੀ ਹੈ ਆਪਣੇ ਆਪ ਚ ਮਾਨੀਆਂ ਹੋਈਆਂ ਕੰਪਨੀਆਂ ਪ੍ਰਾਈਵੇਟ ਲਿਮਟਿਟਸ ਕੰਪਨੀ ਪੂਰੇ ਪੰਜਾਬ ਦਾ ਲਾਇਸੈਂਸ ਆਪਣੇ ਕੋਲ ਆਪਾਂ ਪੰਜਾਬ ਚ ਕਿਤੇ ਵੀ ਕੰਮ ਕਰ ਸਕਦੇ ਆ ਇਧਰੋਂ ਤੋਂ ਦੱਸ ਸੀ ਗੁਜਰਾਤ ਦੇ ਵਿੱਚ ਵੀ ਹੈ ਨਾ ਹਾਂ ਗੁਜਰਾਤ ਵੀ ਸਾਡਾ ਕੰਮ ਉਹ ਕੋਈਆਂ ਗਾਈਡਲਾਈਨਸ ਨੇ ਤੁਹਾਡੇ ਕੋਲੇ ਹੈ ਨਾ ਹਾਂਜੀ ਗੁਜਰਾਤ ਤੱਕ ਅਸੀਂ ਕੰਮ ਕਰਦੇ ਹਾਂ ਜੀ ਜੇ ਸਿਕਿਉਰਿਟੀ ਜਾਂ ਬੌਂਸਰ ਦੇ ਤੌਰ ਤੇ ਆਉਣਾ ਚਾਹੁੰਦਾ ਤੁਹਾਡੇ ਨਾਲ ਹੈ ਨਾ ਤੁਹਾਡੀ ਕੰਪਨੀ ਨੂੰ ਜੁਆਇਨ ਕਰਨਾ ਚਾਹੁੰਦਾ ਉਹਦੀਆਂ ਗਾਈਡਲਾਈਨਸ ਕੀ ਨੇ ਤੇ ਦੇਖੋ ਜੇ ਤੇ ਮੈਨੂੰ ਸਭ ਇਸ ਲਾਈਨ 'ਚ ਮੈਂ ਸਿਕਿਉਰਿਟੀ ਗਾਰਡ ਤੋਂ ਚਾਲੂ ਕੀਤਾ ਸੀ ਅੱਛਾ ਤੇ ਮੈਨੂੰ 17 ਸਾਲ ਹੋ ਗਏ ਇਸ ਲਾਈਨ 'ਚ ਅੱਜ ਮੈਂ ਦੋ ਕੰਪਨੀਆਂ ਦਾ ਓਨਰ ਆ ਕਿਸੇ ਲਾਈਨ 'ਚੋਂ ਤੁਮਾਰ ਹਰੀ ਸਸਰੀ ਟੈਕਨਾਲੋਜੀ ਸਾਰਿਆਂ ਨੂੰ ਅੱਜ ਆਪਾਂ ਕਪੂਰਥਲੇ ਪਹੁੰਚੇ ਹੋਏ ਆਂ ਤੇ ਬਹੁਤ ਕਮਾਲ ਦੀ ਗੱਲਬਾਤ ਇਹ ਆ ਕਿ ਜੇ ਤੁਹਾਨੂੰ ਸਿਕਿਉਰਿਟੀ ਦੀ ਲੋੜ ਆ ਤਾਂ ਉਹ ਵੀ ਤੁਹਾਨੂੰ ਮਿਲ ਜਾ ਕਰਨੀ ਆ ਤੇ ਦੂਜੀ ਗੱਲ ਇਹ ਆ ਜੇ ਤੁਸੀਂ ਸਿਕਿਉਰਿਟੀ ਗਾਰਡ ਦੇ ਤੌਰ ਤੇ ਲੱਗਣਾ ਤੇ ਉਹ ਵੀ ਤੁਸੀਂ ਲੱਗ ਸਕਦੇ ਹੋ ਉਹ ਵੀ ਚੰਗੀਆਂ ਤਨਖਾਹਾਂ ਦੇ ਉੱਤੇ ਕਪੂਰਥਲੇ ਦੇ ਵਿੱਚ ਆਪਾਂ ਸਿਕਿਉਰਿਟੀ ਵਾਲੇ ਹੈ ਕਿਹੜੇ ਆ ਸੰਧੂ ਸਿਕਿਉਰਿਟੀ ਫੋਰਸ ਤੇ ਬਾਕੀ ਕorporation ਜੀ ਆਪਣੇ ਨਾਲ ਵੀ ਸਾਸਰੀ ਕਾਲ ਕੀ ਹਾਲ ਨੇ ਚੜ੍ਹਦੀ ਕਲਾ ਜੀ ਬਸ ਕਿਰਪਾ ਜੀ ਤੁਹਾਡੀ ਤੇ ਵੀ ਇੱਕ ਗੱਲ ਹੈਗੀ ਆ ਓ ਸਿਕਿਉਰਿਟੀ ਦੇ ਵਿੱਚ ਆ ਜਾਂਦੇ ਬੌਂਸਰ ਹਾਂਜੀ ਸਰ ਕੁੜੀਆਂ ਤੇ ਮੁੰਡੇ ਹਾਂਜੀ ਇਹ ਦੋਨੇ ਪ੍ਰੋਵਾਈਡ ਕਰਦੇ ਹਾਂ ਤੁਸੀਂ ਫੈਂਸਿਵ ਇਮੀਗ੍ਰੇ ਸਿਕਿਉਰਟੀ ਬੌਂਸਰ ਆ ਜਾਂ ਲੇਡੀਜ਼ ਗਾਰਡ ਆ ਹਾਂ ਅਸੀਂ ਪ੍ਰੋਵਾਈਡ ਕਰਦੇ ਹਾਂ ਸਰ ਚੰਗੇ ਲੈਵਲ ਤੇ ਜਿਹਦਾ ਕੋਈ ਇਵੈਂਟਸ ਵਗੈਰਾ ਆਉਂਦੇ ਆ ਪਰ ਪਰਮਾਨੈਂਟ ਕਿਸੇ ਨੂੰ ਚਾਹੀਦੇ ਆ ਅਸੀਂ ਪਰਮਾਨੈਂਟ ਇਵੈਂਟ ਤੇ ਰੈਗੂਲਰ ਮੁੰਡੇ ਮੁੰਡਿਆ ਇੰਡਸਟਰੀ ਦੇ ਵਿੱਚ ਸਿਕਿਉਰਟੀ ਪ੍ਰੋਵਾਈਡ ਕਰਦੇ ਜਿਹੜੀ ਆਪਣੇ ਆਪ ਚ ਮਾਨੀਆਂ ਹੋਈਆਂ ਕੰਪਨੀਆਂ ਪ੍ਰਾਈਵੇਟ ਲਿਮਟਿਡਸ ਕੰਪਨੀਆਂ ਹੋਗੇ ਗਵਰਨਮੈਂਟ ਸੈਕਟਰ ਹੋਗੇ ਉਹਨਾਂ ਚ ਸਿਕਿਉਰਿਟੀ ਪ੍ਰਾਈਵੇਟ ਇਹ ਹੈਗਾ ਆਪਣਾ ਸੰਧੂ ਐਸਐਸਐਫ ਹਨਾ ਹਾਂਜੀ ਸੰਧੂ ਸਿਕਿਉਰਿਟੀ ਫੋਰਸ ਇਹ ਜਿਵੇਂ ਕਹਿੰਦੇ ਇਹ ਮਾਨਤਾ ਪ੍ਰਾਪਤ ਕਿਸੇ ਵੱਲੋਂ ਜਾਂ ਇੱਕ ਆਪ ਦੇ ਤੌਰ ਤੇ ਆ ਨਹੀਂ ਸਰ ਸਿਰ ਸਾਡੀ ਮਾਨਤਾ ਪ੍ਰਾਪਤ ਗਵਰਨਮੈਂਟ ਅਡਟੇਕਿੰਗ ਕੰਪਨੀ ਹੈ 80GP ਚੰਡੀਗੜ੍ਹ ਤੋਂ ਰਿਕੁਆਇਰਮੈਂਟ ਹੈ ਜੀ ਪੂਰੇ ਨਾਮਕ ਲਈਦਾ ਪੂਰੇ ਪੰਜਾਬ ਦਾ ਲਾਇਸੈਂਸ ਹੈ ਆਪਣੇ ਕੋਲ ਆਪਾਂ ਪੰਜਾਬ ਚ ਕਿਤੇ ਵੀ ਕੰਮ ਕਰ ਸਕਦੇ ਆ ਨਿੱਦਵਨ ਤੋਂ ਦੱਸ ਸੀ ਗੁਜਰਾਤ ਦੇ ਵਿੱਚ ਵੀ ਹੈ ਨਾ ਹਾਂ ਗੁਜਰਾਤ ਵੀ ਸਾਡਾ ਕੰਮ ਉਹ ਤੋਂ ਨਹੀਂ ਗਾਈਡਲਾਈਨਸ ਨੇ ਤੁਹਾਡੇ ਕੋਲੇ ਹੈ ਨਾ ਹਾਂਜੀ ਗੁਜਰਾਤ ਤੱਕ ਅਸੀਂ ਕੰਮ ਕਰਦੇ ਹਾਂ ਜੀ ਇਨਫਲੇਸ਼ਨ ਦੇ ਹੈਜ਼ ਬਰੋ ਦਾ ਅੰਮਦਾਵਾਦ ਤੱਕ ਅਸੀਂ ਸਾਰਾ ਗੁਜਰਾਤ ਵੀ ਸੀ ਹੈਂਡਲ ਕਰਦੇ ਆਂ ਇੱਕ ਜਿਵੇਂ ਹੁਣ ਮੰਨ ਕੇ ਚਲੋ ਇੱਕ ਤਾਂ ਅਸੀਂ ਬੌਂਸਰ ਵਗੈਰਾ ਪ੍ਰੋਵਾਈਡ ਕਰਦੇ ਇੱਕ ਚੀਜ਼ ਹੁੰਦਾ ਯਾਰ ਵੀ ਮੈਂ ਇਸ ਫੀਲਡ 'ਚ ਆਉਣਾ ਚਾਹੁੰਦਾ ਵਾਂ ਮੈਨੇਜਰ ਸਿਕਿਉਰਟੀ ਜਾਂ ਬੌਂਸਰ ਦੇ ਤੌਰ ਤੇ ਆਉਣਾ ਚਾਹੁੰਦਾ ਤੁਹਾਡੇ ਨਾਲ ਹੈ ਨਾ ਤੁਹਾਡੀ ਕੰਪਨੀ ਨੂੰ ਜੁਆਇਨ ਕਰਨਾ ਚਾਹੁੰਦਾ ਪੂਰੀਆਂ ਗਾਈਡਲਾਈਨਸ ਕੀ ਨੇ ਸਰ ਦੇਖੋ ਜੇਤੇ ਕੋਈ ਸਿਕਿਉਰਿਟੀ ਗਾਰਡ ਸਾਡੇ ਨਾਲ ਜੁੜਨਾ ਚਾਹੁੰਦਾ ਵਾ ਸਾਡੇ ਕੋਲ ਆ ਕੇ ਕਿਤੇ ਵੀ ਕਿਸੇ ਕੰਪਨੀ ਕੋਈ ਵੀ ਆ ਐਜ਼ এ ਪੰਜਾਬ ਦੇ ਵਿੱਚ ਰੈਸ਼ ਨਹੀਂ ਦਿੰਦੀ ਮੇਰੀ ਕੰਪਨੀ ਕੋਈ ਬੰਦਾ ਬਾਹਰੋਂ ਆਉਂਦਾ ਉਹਨੂੰ ਰਹਿਣ ਦਾ ਅਸੀਂ ਪ੍ਰੋਵਾਈਡ ਕਰਦੇ ਆ ਜਦੋਂ ਉਹਦੀ ਸੈਲਰੀ ਆਉਂਦੀ ਹੈ ਖਾਨਦਾਨਸੀ ਜੋ ਵੀ ਉਹ ਕਰੇਗਾ ਰੋਟੀ ਦਾ ਵੇਸੀ ਕਰਵਾ ਦਿੰਨੇ ਆ ਤੇ ਕਿ ਰੋਟੀ ਉਹਨਾਂ ਲੋਕ ਹੁੰਦੀ ਆ ਜੋ ਹੁੰਦਾ ਸੀ ਕੱਟ ਕੇ ਫਿਰ ਉਹਦੀ ਅਗਲੀ ਪੇਮੈਂਟ ਕਰ ਦਿੰਨੇ ਆ ਹਮ ਮਤਲਬ ਜੌਬ ਦੀ ਇੱਕ অপਸ਼ਨ ਵੀ ਹੈਗੀ ਆ ਬਹੁਤ ਤਕੜੀ ਹੈ ਸਰ ਇੱਕ ਨਹੀਂ ਬਹੁਤ ਤਕੜੀਆਂ ਜਿਹਦਾ ਕੋਈ ਬੱਚੇ ਨੇ ਕੁੜੀਆਂ ਬੱਚੇ ਪੜੇ ਨੇ ਕੋਈ ਟ੍ਰੇਨਿੰਗ ਲੈਣਾ ਚਾਹੁੰਦੇ ਨੇ ਮਾਰਕੀਟਿੰਗ ਦੀ ਕਿ ਅਸੀਂ ਮਾਰਕੀਟ ਚ ਕੰਮ ਕਰਨਾ ਉਹਨਾਂ ਨੂੰ ਨੌਲੇਜ ਨਹੀਂ ਹੈਗੀ ਬਿਜ਼ਨਸ ਦੀ ਟ੍ਰੇਨਿੰਗ ਵੀ ਅਸੀਂ ਫ੍ਰੀ ਦਿੰਨੇ ਆ ਬੱਚਿਆਂ ਨੂੰ ਹੂੰ ਇਹ ਇਹ ਵੀ ਨਾਲ ਸਕਿਉਰਿਟੀ ਫੋਰਸ ਦਾ ਮੇਨ ਤੁਹਾਡਾ ਹੈਗਾ ਹੀ ਹੈਗਾ ਹਾਂ ਜਿੱਦਾਂ ਹੁਣ ਕੇ ਬੱਚਿਆਂ ਕਿ ਸਭ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਸੜ ਕੋ ਪਲੇਟਫਾਰਮ ਨਹੀਂ ਹੈਗਾ ਮੈਂ ਫ੍ਰੀ ਆਫ ਕੋਸ ਉਹਨਾਂ ਬੱਚਿਆਂ ਨੂੰ ਟ੍ਰੇਨਿੰਗ ਦੇ ਕੇ ਫਿਰ ਉਹਨਾਂ ਨੂੰ ਜਿੱਦਾਂ ਕੋਈ ਬੱਚਾ ਕਾਪੀਬਲ ਆ ਕਿ ਮੈਂ ਕੰਮ ਕਰਨਾ ਮੈਂ ਉਹਨਾਂ ਨੂੰ ਆਪਣੀ ਕੰਪਨੀ ਦੀ ਬ੍ਰਾਂਚ ਵੀ ਖੋਲ ਕੇ ਦਵਾਂਗਾ ਜਿੱਥੇ ਉਹ ਕੰਮ ਕਰਨਾ ਚਾਹਵੇਗਾ ਇੱਕ ਵਾਰ ਦੱਸੋ ਜੀ ਮੈਂ ਮਾਨਤਾ ਪ੍ਰਾਪਤ ਹੋ ਗਏ ਸਿਕਿਉਰਟੀ ਪ੍ਰੋਵਾਈਡ ਕਰਉਂਦੇ ਆ ਤੁਸੀਂ ਸਿਕਿਉਰਟੀ ਦੀ ਵੀ ਟ੍ਰੇਨਿੰਗ ਹੁੰਦੀ ਆ ਹਾਂ ਜੀ ਸਰ ਦੇਖੋ ਜਦੋਂ ਕੋਈ ਫ੍ਰੈਸ਼ਰ ਬੱਚਾ ਵਾ ਉਹਨਾਂ ਨੂੰ ਅਸੀਂ 15 ਤੋਂ 20 ਦਿਨ ਟ੍ਰੇਨਿੰਗ ਵੀ ਦਿੰਨੇ ਆ ਫ੍ਰੀ ਆਫ ਕੋਸਟ ਟ੍ਰੇਨਿੰਗ ਆ ਬੇਸਿਕ ਟ੍ਰੇਨਿੰਗ ਜਿਹੜੀ ਮੂਡਲੀ ਟ੍ਰੇਨਿੰਗ ਆ ਅਬਸੋਲੂਟ ਮਾਰਨਾ ਹੋ ਗਿਆ ਖੜੇ ਹੋਣ ਦਾ ਤਰੀਕਾ ਹੋ ਗਿਆ ਗੱਲਬਾਤ ਦਾ ਤਰੀਕਾ ਹੋ ਗਿਆ ਕਈ ਇਦਾਂ ਦੇ ਪਿਛੜੇ ਹੋਏ ਵਰਗ ਨੇ ਆਪਣੇ ਪੰਜਾਬ ਦੇ ਵਿੱਚ ਜਿਨ੍ਹਾਂ ਕੋਲ ਜੋਬ ਨਹੀਂ ਹੈਗੀਆਂ ਉਹਨਾਂ ਕੋ ਪਲੇਟਫਾਰਮ ਨਹੀਂ ਹੈਗੇ ਤੇ ਕੋਈ ਬੱਚੀਆਂ ਹੈਗੀਆਂ ਨੇ ਜਿੰਨਾਂ ਕੋ ਕੰਮ ਕਰਨ ਦੀ ਕੁਆਲਿਟੀ ਹੈਗੀ ਪਰ ਉਹ ਕਰ ਨਹੀਂ ਪਾਉਂਦੇ ਉਹ ਆਪਣੇ ਨਾਲ ਜੁੜ ਕੇ ਵਧੀਆ ਸਕਿੱਲ ਜਨਨ ਕਿ ਬਾਹਰ ਜਾਂਦੀ ਲੋੜ ਨਹੀਂ ਜੇ ਇੱਥੇ ਕਰਨਾ ਚਾਹਵੇ ਤੇ ਇੱਥੇ ਸੀ ਬਹੁਤ ਕੁਝ ਅਸੀਂ ਕਰਵਾ ਦਾਂਗੇ ਤੇ ਇਸ ਕਿੰਨੇ ਸਾਲ ਹੋ ਗਏ ਵੀਰੇ ਫਿਰ ਤੁਹਾਨੂੰ ਮੈਨੂੰ ਸਰ ਇਸ ਲਾਈਨ ਚ ਮੈਂ ਸਕਿਉਰਟੀ ਗਾਰਡ ਤੋਂ ਚਾਲੂ ਕੀਤਾ ਸੀ ਅੱਛਾ ਤੇ ਮੈਨੂੰ 17 ਸਾਲ ਹੋ ਗਏ ਇਸ ਲਾਈਨ ਚ ਅੱਜ ਮੈਂ ਦੋ ਕੰਪਨੀਆਂ ਦਾ オーਨਰ ਆ ਕਿਸੇ ਲਾਈਨ ਚੋਂ ਤੁਮਾਰ ਇਹ ਵੱਡੀ ਗੱਲ ਹੋ ਜਾਂਦੀ ਹੈ ਸਕੋਪਸ ਆਨ ਸਟਰਗਲ ਲੱਕ ਦੋ ਸਾਲ ਸਕਿਉਰਿਟੀ ਗਾਰਡ ਰਿਆ ਸੁਪਰਵਾਈਜ਼ਰ ਬਣਿਆ ਫਿਰ ਸੰਜੁਕੀ ਜੈ ਬ੍ਰੈਂਡ ਆ ਜਿੱਥੋਂ ਗੱਡੀ ਬੰਦਦੀ ਆ ਪੋਸਟ ਪਲੇਟਫਾਰਮ ਦੇ ਵਿੱਚ ਮੈਂ ਇੱਕ ਸੀਐਸਓ ਦੀ ਪੋਸਟ ਕੀਤੀ ਹੋਈ ਆ ਅੱਛਾ ਇਹਦੇ ਵਿੱਚ ਜਿਵੇਂ ਇੱਕ ਉਮਰ ਦਾ ਲੈ ਉਮਰ ਤੋਂ ਕਿਹੜੀ ਉਮਰ ਜਾਂ ਕਿੰਨਾ ਕੱਦ ਫਿਟਨੈਸ ਇਹ ਵੀ ਜਾਂਚ ਹੁੰਦੀ ਆ ਜਾਂ ਕਿੰਨੀ ਲੋ ਸੋ ਦੇਖੋ ਬੱਚਾ ਇੱਕ ਤੇ ਨਸ਼ਾ ਰਹਿ ਤਾ ਹੋਣਾ ਚਾਹੀਦਾ ਹੂੰ ਕੋਈ ਚੋਰੀ ਚ ਕਾਰੀਰ ਨਹੀਂ ਹੋਣਾ ਚਾਹੀਦਾ ਹੂੰ ਦੂਜੀ ਗੱਲ ਇਹਦੇ ਵਿੱਚ ਹਾਈਟ ਮਿਨੀਮਮ 5 ਤੋਂ 7 ਤੇ ਕੁਆਲੀਫਿਕੇਸ਼ਨ 10th ਤੋਂ ਪਲੱਸ 2 ਜੀ ਘਟੋ 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 ਘਟ ਅਨਪੜ੍ਹ ਵੀ ਚੱਲ ਜਾਂਦੇ ਨੇ ਕਿਤੇ ਤੇ ਬਟ ਦੂਜੀ ਗੱਲ ਕੀ ਜਿਹੜੀ ਏਜ ਆ ਤੁਸੀਂ ਗੱਲ ਕੀਤੀ ਆਪਾਂ 22 ਸਾਲ ਤੋਂ ਲੈ ਕੇ ਜੀ ਤੇ ਆਪਾਂ 50 ਸਾਲ ਤੱਕ ਜੇ ਬੰਦਾ ਫਿੱਟ ਹੈ ਤਾਂ ਆਪਾਂ ਨੂੰ ਰੱਖ ਸਕਦੇ ਹਾਂ ਉਹ ਇਦੋਂ ਬਿਨਾਂ ਤੁਸੀਂ ਜਿਵੇਂ ਨੇ ਕਿ ਜੋ ਕਿਸ ਨੂੰ ਸਿੰਗਲ ਸਕਿਉਰਿਟੀ ਗਾਰਡ ਦੀ ਲੋੜ ਹੈ ਜਸਟ ਆਫ ਦੀ ਕਲੋਨੀ ਦੇ ਲਈ ਘਰ ਦੇ ਲਈ ਉਹ ਵੀ ਪ੍ਰੋਵਾਈਡ ਕਰਾਉਨੇ ਸੋ ਇੱਕ ਤੋਂ ਲੈ ਕੇ ਅਸੀਂ 5000 ਤੱਕ ਬੰਦਾ ਅਸੀਂ ਪ੍ਰੋਵਾਈਡ ਕਰ ਸਕਦੇ ਹਾਂ ਮਤਲਬ ਇੰਨੀ ਤੁਹਾਡੇ ਕੋਲ ਮੈਨ ਪਾਵਰ ਹੈਗੀ ਆ 5000 ਦੀ ਮੈਨ ਪਾਵਰ ਸਿਰਕੋ ਲਿਮਟਿਡ ਹੈ ਜਿੰਨਾ ਮਰਜ਼ੀ ਬੰਦਾ ਸਾਡੇ ਤੋਂ ਕੋਈ ਲੈ ਸਕਦਾ ਵਾ ਤੇ ਜਿੰਨਾ ਮਰਜ਼ੀ ਐਂਡ ਹੋ ਸਕਦਾ ਵਾ ਇੰਨੀ ਹੀ ਭਗਵੰਤ ਮੈਂ ਕਹਿੰਦਾ ਮੈਂ ਜੋ ਬੰਦ ਦਿੱਤੀ ਉਹ ਨਹੀਂ ਤੁਸੀਂ ਟੱਕਰ ਚ ਇਹ ਕੰਮ ਤੁਹਾਡਾ ਭਗਵੰਤ ਉਹ ਇੱਕ ਸ ਗਵਰਨਮੈਂਟ ਸੈਕਟਰ ਹੈ ਉਹ ਬੱਚੇ ਕੋ ਗਵਰਨਮੈਂਟ ਸੈਕਟਰ ਨਹੀਂ ਹੈਗੀ ਪੋਸੀਬਲ ਨਹੀਂ ਹੈ ਇਹ ਦੇ ਲਈ ਇਹ ਕਹਦੇ ਨੇ ਸਿਕਿਉਰਿਟੀ ਲੋਕ ਇਹਨੂੰ ਮਾੜਾ ਕਹਿੰਦੇ ਨੇ ਕਿ ਸਿਕਿਉਰਿਟੀ ਗਾਰਡ ਹੂੰ ਕੋਈ ਵਾਰਡ ਕਹਿੰਦੇ ਆ ਤੁਸੀਂ ਵਾਚਮੈਨ ਥੋੜਾ ਵਾ ਇੱਥੇ ਅਸੀਂ ਕੀ ਕਰਦੇ ਜਿੰਦਾ ਆਰਮੀ ਪੁਲਿਸ ਹੂੰ ਸੁਰੱਖਿਆ ਹੂੰ ਕੱਛੇ ਵੀ ਕਿ ਸੁਰੱਖਿਆ ਪ੍ਰੋਵਾਈਡ ਕਰਦੇ ਆ ਜੇਕਰ ਕੱਲ ਨੂੰ ਬੱਚਾ ਕੋ ਪੁਲਿਸ 'ਚ ਜਾਣਾ ਚਾਹੁੰਦਾ ਵਾ ਹੂੰ ਪ੍ਰੋਪਰੇਸ਼ਨ ਨੂੰ ਇੱਕ ਚੰਗੀ ਤਰ੍ਹਾਂ ਸਮਝ ਕੇ ਡਿਊਟੀ ਕਰ ਲਿਓ ਉਹਦੇ ਲਈ ਕੋਈ ਵੀ ਡਿਊਟੀ ਗਵਰਨਮੈਂਟ ਆਰਮੀ ਵੀ ਉਹਦੇ ਤੇ ਨਿੰਕ ਗੱਫੇ ਲੋ ਜੀ ਬਾਕੀ ਇਹ ਕੰਮ ਕੋਈ ਛੋਟਾ ਵੱਡਾ ਥੋੜਾ ਹੁੰਦਾ ਦੇਖੋ ਜੀ ਇਹ ਕਰਦਾ ਥੋੜਾ ਕਿਰਦਾਰ ਛੋਟਾ ਵੱਡਾ ਹੋ ਸਕਦਾ ਕੰਮ ਛੋਟਾ ਵੱਡਾ ਨਹੀਂ ਦੇਖੋ ਸਰ ਮੈਂ ਵੀ ਇੱਕ ਗਾਰਡ ਸੀ ਅੱਜ ਇੱਥੋਂ ਤੱਕ ਚਲੋ ਪਹੁੰਚੇ ਹੋਏ ਆ ਤੇ ਚੰਗੀਆਂ ਸੈਲਰੀਆਂ ਦੇ ਰਹੇ ਆ ਇਹ ਨਹੀਂ ਆ ਕਿ 8000 ਨੂੰ ਜੇ ਤੋ ਸਾਡਾ ਕੰਮ ਨਹੀਂ ਹੈ ਵਧੀਆ ਸਕਿੱਲ ਦੇਵਾਂਗੇ ਬਾਕੀ ਉਹਦੀ ਜੋ ਲਗਾਤਾਰ ਰੈਗੂਲਰ ਕੰਮ ਕਰਦੋ ਤੇ ਉਹਦਾ ਵੀ ਵਧਦਾ ਹੋਊਗਾ ਜਿਵੇਂ ਸੀਨੀਅਰ ਬੱਚਾ ਵਧੀਆ ਕੰਮ ਕਰਦਾ ਵਾ ਗਾਰਡ ਤੋਂ ਸੁਪਰਵਾਈਜ਼ਰ ਸੀਐਸਓ ਐਸਓ ਫਿਰ ਇਹਦਾ ਮਾਰਕੀਟਿੰਗ ਮੈਨੇਜਰ ਜੀਐਮ ਬੰਦੇ ਕੋਲ ਸਰ ਆਂਦੀ ਹੈ ਫਿਰ ਐਮਡੀ ਬੰਦਾ ਚਾਹੇ ਕਿ ਹਾਂ ਮੈਂ ਸਕਿੱਲ ਆ ਗਈ ਹੈ ਚੰਗੀ ਤੋ ਆਪਣੀ ਕੰਪਨੀ ਵੀ ਖੋਲ ਸਕਦਾ ਜਿਉਂ ਚ ਵੀ ਹੈਲਪ ਦੀ ਰੋਡ ਹੋਊਗੀ ਮੈਂ ਖੁਦ ਉਹਨਾਂ ਦੀ ਲਾਇਸੈਂਸ ਦੇ ਵੀ ਚ ਹੈਲਪ ਕਰਾਂ ਤੁਸੀਂ ਬੇਸਿਕਲੀ ਕਿਹੜੇ ਥਾਂ ਤੋਂ ਮੈਂ ਸਰ ਬੇਸਿਕਲੀ ਤਰਨਤਨ ਤੋਂ ਟ੍ਰੇਨਿੰਗ ਮੈਂ ਗੁਜਰਾਤ ਕੀ ਟ੍ਰੇਨ ਕਿਹੜਾ ਆਪਣਾ ਤਰਨਤਨ ਸ਼ਹਿਰ ਸਰ ਤਰਨਤਨ ਸ਼ਹਿਰ ਚ ਅੱਛਾ ਤੇ ਟ੍ਰੇਨਿੰਗ ਫਿਰ ਤੁਸੀਂ ਕਿੱਥੋਂ ਕੀਤੀ ਸੀ ਫਿਰ ਸਰ ਮੈਂ ਟ੍ਰੇਨਿੰਗ ਗੁਜਰਾਤ ਸੂਰਤੋਂ ਮੈਂ 8 ਸਾਲ ਸੂਰਤ ਐਂਡ ਗੁਜਰਾਤ ਰਿਆ ਥੱਲੇ ਸੋਸੋ ਕੇ ਸਰ ਵਿੱਚ ਕੰਮ ਕੀਤੇ ਹੋਏ ਆ ਹਮ ਮੱਡੀ ਗੱਲ ਆ ਬਿਲਕੁਲ ਫਿਰ ਗੱਲ ਐ ਉਹ ਆ ਨਾ ਫਿਰ 5000 ਬੰਦੇ ਨੂੰ ਰਿਗਾਰਡ ਵਿੱਚ ਈ ਗੱਲ ਹੋ ਜਾਂਦੀ ਆ ਜਿਵੇਂ ਹੁਣ ਕਲਾਕਾਰ ਆ ਉਹਨਾਂ ਨਾਲ ਵੀ ਸਕਿਉਰਿਟੀ ਪ੍ਰੋਵਾਈਡ ਕਰਾਸ ਆਬ ਕਿ ਅੱਛਾ ਮੈਂ ਤੁਹਾਨੂੰ ਵਿੜੇ ਦੇਣਾਗਾ ਹਿੰਮਤ ਸੰਧੂ ਹੋ ਗਿਆ ਆਪਣੇ ਖਲੀ ਸਾਹਿਬ ਹੋਗੇ ਇੰਨਾ ਤਾਂ ਮੇਰੇ ਕੋਲ ਵੀਡੀਓ ਹੈ ਕਿ ਅੱਛਾ ਖਲੀਦ ਨੂੰ ਵੀ ਲੋਡ ਪੈਂਦੀ ਹੈ ਸਿਕਿਉਰਿਟੀ ਦੀ ਸਰ ਬੌਂਸਰ ਜਿੱਦੂ ਜਾਂਦੇ ਨੇ ਮੈਂ ਕਹਿੰਦਾ ਇਹ ਬੰਦਾ ਆਪ ਹੀ ਬਹੁਤ ਸਕਣਾ ਸਭ ਦੇਖੋ ਬੰਦੇ ਨੂੰ ਪ੍ਰੋਟੈਕਟ ਕਰਨਾ ਆਪਣਨੇ ਆਪ ਕੋ ਥੋੜਾ ਪ੍ਰੋਟੈਕਟ ਕਰੀ ਸਹੀ 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 ਆ ਉਹ ਤਾਂ ਜਿੱਤੇ ਗੱਲੇ ਵੀ ਕਲਾਕਾਰ ਹੋਗੇ ਜਿਵੇਂ ਕਿ ਇੱਕ ਹੋਰ ਹੁੰਦਾ ਹੁਣ ਵਿਆਹ ਸ਼ਾਦੀਆਂ ਦੇ ਵਿੱਚ ਸ਼ਗਨ ਪਾਉਣ ਦੀ ਰਸਮ ਹੁੰਦੀ ਆ ਉਦੋਂ ਉਹਨੂੰ ਮੈਨੇਜ ਕਰਨਾ ਪ੍ਰਬੰਧ ਬਹੁਤ ਹੁੰਦਾ ਉਦੋਂ ਵੀ ਹੁਣ ਤਾਂ ਲੋਡ ਪੈਣ ਲੱਗ ਗਈ ਸਰ ਦੇਖੋ ਜੀ ਹੁਣ ਤਾਂ ਕਰੇਡ ਚੱਲ ਗਿਆ ਬੌਂਸਰ ਦਾ ਇਹ ਦਿੱਤੇ ਕੀ ਦੇਖੋ ਸਟੇਟਸ ਸਿੰਬਲ ਵੀ ਬਣ ਗਿਆ ਇਹ ਹੋ ਗਿਆ ਨਾ ਹੁਣ ਦੇਖੋ ਕਿ ਕਿੱਥੇ ਵੀ ਆਪਾਂ ਸੋਨਾ ਲੈ ਕੇ ਜਾਂਦੇ ਆਂ ਹਾਂ ਜੇ ਇੱਥੇ 10 ਚੰਗੇ ਐ ਤੇ ਚੋਂ ਦੋ ਚੋਰ ਵੀ ਹੈਗੇ ਜੀ ਠੀਕ ਹੈ ਕਿਉਂਕਿ ਇੱਕ ਸੇਫਟੀ ਪਰਪਸ ਦੇ ਅਸੀਂ ਸਿਕਿਉਰਿਟੀ ਰੱਖਦੇ ਆਂ ਨਾਲ ਪੰਜਾਬ ਦੇ ਵਿੱਚ ਅਸੀਂ ਸਟਾਰਟ ਕਰ ਰਿਹਾ ਚਿਪਸਿਸ ਸਿਸਟਮ ਜਿਹਨੂੰ ਪਪਾਇਲ ਸਿਸਟਮ ਕਹਿੰਦੇ ਆਂ ਜੀ ਪ੍ਰਾਈਵੇਟ ਸਿਕਿਉਰਿਟੀ ਹਾਂ ਜਿੱਦਾਂ ਕੋਈ ਬੰਦਾ ਵੀਆਈਪੀ ਆ ਜਿਹਨੇ ਜਾਣਾ ਵਾ ਉਹ ਆਪਣੀ ਗੱਡੀ ਦੇ ਅੱਗੇ ਜਿਪਸੀ ਵੀ ਲੈ ਕੇ ਜਾ ਸਕਦਾ 6 ਗਰਮਨ ਐਕਸਰਵਿਸਮੈਨ ਨਾਲ ਡਰਾਈਵਰ 100 ਕਿਲੋਮੀਟਰ ਦੀ ਰਾਈਡ ਕੰਪਨੀ ਨੂੰ ਫ੍ਰੀ ਹੋਏਗੀ ਜੁੜਿਤ ਹੋਵੇ ਆਪਣਾ ਕੋਈ ਆਪਣਾ ਵੀਆਈਪੀ ਹੋਈ ਆ ਕੋਈ ਆਂ ਬੰਦਾ ਵੀ ਲਿਜਾ ਸਕਦਾ ਹਾਂ ਕੋਈ ਵੀ ਲੈ ਕੇ ਜਾ ਸਕਦਾ ਜਿ ਫੀਲਿੰਗ ਲੈਣ ਕਿਸੇ ਨੇ ਮਨ ਕੀਤਾ ਯਾਰ ਇੱਕਦਮ ਜਰਾ ਆ ਜਦੋਂ ਇਲੈਕਸ਼ਨ ਜਿੱਤਾਂਗਾ ਜਾਂ ਉਹ ਲੀਡਰ ਦਾ ਬੰਦਾ ਵੱਡੀ ਗੱਲ ਆ ਵੀ ਕਦੇ উই ਸ਼ੌਂ ਗਿਆ ਤੌਰ ਤੇ ਕਿਸੇ ਗੜਾ ਦੇਣਾ ਹੋਵੇ ਜਿੱਦਾਂ ਹੁਣ ਕੋਈ ਪ੍ਰਧਾਨ ਨੇ ਹਾਂ ਕਿਸੇ ਰੈਲੀ ਤੇ ਜਾਂਦੇ ਆ ਉਹ ਵੀ ਨਾਲ ਨਾਲ ਗਰਾਊਂਡ ਨੂੰ ਵੀ ਕਈ ਯਾਰੀ ਹੈ ਨਾ ਹਾਂਜੀ ਹਾਂਜੀ ਉਹ ਵੀ ਦਰਸ਼ਕੋ ਲੋਡ ਕਰ ਲਿਓਗਾ ਕੇਰੀ ਹੁਣ ਲੋਡ ਪੈ ਸਕਦੀ ਆ ਬਾਕੀ ਹੁਣ ਇਹ ਦੋ ਬਾਅਦ ਚ ਨਵੇਂ ਐਮਐਲਏ ਮੰਤਰੀ-ਮੰਤਰੀ ਬਣਨਗੇ ਨਵੇਂ ਆਹ ਬਲਾਗ ਪ੍ਰਧਾਨ ਕਈ ਕੁਝ ਬਣਨਗੇ ਉਹ ਸੰਪਰਕ ਕਰ ਲਿਓ ਵੀ ਜਿਹੜਾ ਆਪਣਾ ਨਾਂ ਲੈ ਕੇ ਆ ਵੀ ਵੀਰ ਬਣ ਕੇ ਮਾੜਾ-ਮੋਟਾ ਰੈਟ ਕਰਦੇ ਮੈਂ ਕਿਹਾ ਕਿ ਜਰੂਰ ਜੀ ਜਰੂਰ ਜਾਊ ਵੀ ਹੋਗਾ ਕੰਪਨੀ ਵੱਲੋਂ ਕੀਤਾ ਜਾਏਗਾ ਤੇ ਤੁਹਾਡਾ ਲੈ ਕੇ ਹੁਣ ਕਿਤਾ ਆਪਾਂ ਜਿੰਨਾ ਡਿਸਕਾਊਂਟ ਹੋਗਾ ਉਨਾ ਹੀ ਕਰ ਦਾਂਗੇ ਤੇ ਦੂਜੀ ਗੱਲ ਆ ਵੀ ਕੁੜੀਆਂ ਤੇ ਮੁੰਡੇ ਹੈਨਾ ਹਾਂ ਜਿਹੜੇ ਬੱਚੇ ਪੜ੍ਹੇ ਲਿਖੇ ਨੇ ਉਹ ਆਪਣਾ ਆਧਾਰ ਕਾਰਡ ਪੈਨ ਕਾਰਡ ਆਪਣੇ ਐਜੂਕੇਸ਼ਨ ਡਾਕੂਮੈਂਟ ਪਲੱਸ ਜੇ ਉਹਨਾਂ ਨੇ ਟ੍ਰੇਨਿੰਗ ਕਰਨੀ ਆ ਚੰਗੇ ਲੈਵਲ ਤੇ ਜਾਣਾ ਵਾ ਉਹ ਆਕੇ ਸਾਨੂੰ ਮਿਲ ਸਕਦੇ ਆ ਜੇ ਕੋਈ ਬੰਦਾ ਬਿਜ਼ਨਸ ਕਰਨਾ ਚਾਹੁੰਦਾ ਵਾ ਬਿਜ਼ਨਸ ਸਕਿੱਲ ਦੀ ਟ੍ਰੇਨਿੰਗ ਵੀ ਅਸੀਂ ਦਿੰਨੇ ਆ ਕਿਉਂਕਿ ਮੈਂ ਖੁਦ ਬਿਜ਼ਨਸ ਆਓਨਰ ਆ ਤੇ ਮੈਂ ਗੁਜਰਾਤ ਯੂਨੀਵਰਸਿਟੀ ਤੋਂ ਬਿਜ਼ਨਸ ਮੈਨੇਜਮੈਂਟ ਦਾ ਕੋਰਸ ਕੀਤਾ ਹੋਇਆ ਹਾਂ ਠੀਕ ਆ ਤੇ ਦੂਜੀ ਗੱਲ ਇਹ ਤੁਸੀਂ ਬਹੁਤ ਸਾਰੇ ਸਵਾਲ ਮਿੱਥੋਂ ਰਹਿ ਵੀ ਗਏ ਹੋਣਗੇ ਤੁਹਾਡੇ ਦਿਲਾ ਚ ਵੀ ਹੋਣਗੇ ਨੰਬਰ ਆਪਾਂ ਪਾ ਦਿਆਂਗੇ ਵੀਰੇ ਹਨਾ ਤੇ ਉਹ ਤੁਸੀਂ ਪੁੱਛ ਸਕਦੇ ਹੋ ਬਾਕੀ ਜਾਂਚ ਪੜਤਾਲ ਤੁਹਾਡੇ ਕਿਉਂਕਿ ਬਹੁਤ ਅਨਸਿਕਿਉਰ ਵੀ ਬੰਦਾ ਫੀਲ ਕਰਦਾ ਹੁੰਦਾ ਬਹੁਤ ਸਮਾਂ ਤੇ ਉਹ ਤੁਸੀਂ ਆਪਦੇ ਲੈਵਲ ਤੇ ਵੀ ਕਰ ਸਕਦੇ ਹੋ ਤੇ ਇਸ ਵਕਤ ਅਸੀਂ ਕਪੂਰਥਲੇ ਦੇ ਵਿੱਚ ਆਏ ਪੁਰਾਣਾ ਸਿਵਲ ਹਸਪਤਾਲ ਪੁਰਾਣਾ ਹਸਪਤਾਲ ਹੈਗਾ ਬਾਣੀਆਂ ਬਜ਼ਾਰ ਚੌਂਕ ਪੁਰਾਣਾ ਹਸਪਤਾਲ ਨੀਅਰ ਐਕਸਿਸ ਪੀਟੀਐਮ ਤੇ ਸੰਦੂ ਸਿਕਿਉਰਟੀ ਫੋਰਸ ਨਾਮ ਦਾ ਕਈ ਕੰਪਨੀਆਂ ਇੰਦਾਂ ਦੇ ਇੰਡੀਆ ਫੇਕ ਹੈਗੀਆਂ ਨੇ ਜਿਵੇਂ ਸੰਦੂ ਸਿਕਿਉਰਟੀ ਫੋਰਸ ਲਫ਼ਜ਼ ਇਹ ਵੱਡਾ ਇਹ ਸਰ ਕੇ ਅਗੇ ਇੱਕ ਬ੍ਰਾਂਡ ਆ ਫੋਰਸ ਵਰਡ ਤੋਂ ਪਤਾ ਗੌਰਮੈਂਟ ਟੈਕਨਸ ਦਾਵਾ ਲੋਕਾਂ ਦੀ ਸਿਕਿਉਰਟੀ ਫਿਸ਼ ਸਰਵਿਸ ਹੁੰਦਾ ਵਾ ਜੀ ਤੁਸੀਂ ਦੇਖੋ ਸਭ ਚ ਮਾਰ ਕੇ ਕੋਈ ਵੀ ਉਹ ਛੋਟੀਆਂ ਸਿਕਿਉਰਟੀਆਂ ਨੇ ਆਪਣਾ ਇੱਕ ਵਰਡ ਵਾਈਜ਼ ਨੇਮ ਜਿਹੜਾ ਫੋਰਸ ਹੈ ਗੌਰਮੈਂਟ ਦੇ ਸੋਚ ਕੇ ਹੀ ਸਾਨੂੰ ਦੱਸਦਾ ਵਾ ਗੂਗਲ ਤੇ ਸਰਚ ਕਰਾਂਗੇ ਤਾਂ ਲੱਭੂਗਾ ਹਾਂ ਸੰਦੂਕ ਸਕਿਉਰਿਟੀ ਫੋਰਸ ਤੁਸੀਂ ਜਸਟ ਸਰਚ ਕਰੋਗੇ ਲੋਕੇਸ਼ਨ ਐਂਡ ਨੰਬਰ ਤੁਹਾਨੂੰ ਆ ਜਾਣਗੇ ਲੋਕੇਸ਼ਨ ਨਹੀਂ ਆਉ ਲੋਕੇਸ਼ਨ ਨਹੀਂ ਆਉਂਦੀ ਮੈਨੂੰ ਮੈਨੂੰ ਨਹੀਂ ਲੱਭਣੀ ਸ਼ੋਸਦਾ ਮੈਂ ਅਨ ਟ੍ਰੇਡ ਹੋ ਸਕਦਾ ਮੈਂ ਉੱਥੇ ਪ੍ਰੈਸ ਜ਼ਰੂਰ ਉੱਥੋਂ ਪੜ ਕੇ ਮੈਂ ਆ ਗਿਆ ਹਾਂ ਉਹ ਲੁਕੇ ਐਡਰੈਸ ਨੰਬਰ ਤੁਹਾਨੂੰ ਉੱਥੇ ਮਿਲ ਜੀ ਨੰਬਰ ਵਗੈਰਾ ਬਾਕੀ ਮਿਲ ਜਾਣਾ ਬਾਕੀ ਆਪਾਂ ਉਹ ਵੀ ਸਿੱਧਾ ਪਾਦਰਾਂ ਨੰਬਰ ਤੁਸੀਂ ਵੀਰੇ ਹੋਣ ਦੀਆਂ ਸਵਾਮਾਂ ਲੈ ਸਕਦੇ ਹੋ ਕਿਸੇ ਨੂੰ ਸਪੌਂਸਰ ਇੱਕ ਚਾਹੀਦਾ ਦੋ ਚਾਹੀਦੇ ਆ ਕਿਸੇ ਨੂੰ ਵੱਧ ਚਾਹੀਦੇ ਆ ਹਨਾ ਬਸ ਸਿਬਾਉਂ ਸਰ ਬਣ ਵੀ ਸਕਦੇ ਹਾਂ ਤੇ ਬੰਦੇ ਲੈ ਵੀ ਸਕਦੇ ਹਾਂ ਹਰ ਤਰ੍ਹਾਂ ਦੀ ਸਹੂਲਤ ਤੁਹਾਨੂੰ ਮਿਲ ਜਾਣੀ ਆ ਤਾਂ ਵੈਬਸਾਈਟ ਵਗੈਰਾ ਵੀ ਤੁਹਾਡੀ ਹੈਗੀ ਆ ਹਨ ਸਾਰਾ ਕੁਝ ਹਾਂਜੀ ਹਾਂ ਇਕ੍ਰਮ ਤੇ ਸੰਪਰਕ ਕਰ ਲਿਓ ਧੰਨਵਾਦ ਕਰਦੀ ਆ ਵੀਰੇ ਕੋਈ ਦਿਲ ਦੀ ਗੱਲ ਕੋਈ ਹੋਰ ਰਹਿ ਗਈ ਹੋਵੇ ਬਸ ਥੈਂਕ ਯੂ ਸਰ ਬਹੁਤ ਵਧੀਆ ਲੱਗਾ ਤੁਹਾਡੇ ਧੰਨਵਾਦ ਕਰੀ ਧੰਨਵਾਦ ਲੱਭ ਕੇ ਸ਼ੁਕਰ ਗਿਆ ਤੇ ਬਹੁਤ ਮੈਂ ਕਹਿੰਦਾ ਕਿ ਜਿੱਦਾਂ ਭਾਈ ਸਾਨੂੰ ਕਰਦੇ ਨੇ ਲੱਭ ਤੇ ਨੇ ਭਾਜੀ ਹੁਣ ਬਹੁਤ ਵਧੀਆ ਲੱਗੇ ਸਾਨੂੰ ਤੇ ਇਹਨਾਂ ਨੂੰ ਵੀ ਸਪੋਰਟ ਕਰੋ ਤੇ ਇਹਨਾਂ ਦੇ ਪੇਜ ਨੂੰ ਜੜਾਵਾ ਲਾਈਕ ਐਂਡ ਸਬਸਕ੍ਰਾਈਬ ਕਰਕੇ ਇਹਨਾਂ ਦੇ ਅੱਗੇ ਤੋਂ ਅੱਗੇ ਲਿੰਕ ਵਧਾਇਆ ਜਾਨ ਧੰਨਵਾਦ ਵੀਰ ਧੰਨਵਾਦ ਮਿਹਰਬਾਨੀ ਜਦੋਂ ਕਿ ਤੇ ਆਪਾਂ ਵੀ ਐਮਪੀ ਵੀਪੀ ਐਮਐਲਏ ਬਣਾਂਗੇ ਨਾ ਉਦੋਂ ਲੈ ਕੇ ਜਾਵਾਂਗੇ ਸੋ ਉਥੋਂ ਸਿਕਿਉਰਟੀ ਧੰਨਵਾਦ ਮੇਰੇ ਸ਼ੁਕਰੀਆ ਮਿਹਰਬਾਨੀ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ